ਪਾਤਸ਼ਾਹ ਬਾਣੀ ਗੁਰੂ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਵੀ ਆਪਣਾ ਇੱਥੇ ਆਉਣ ਦਾ ਜੋ ਸਾਰਿਆਂ ਦਾ ਮਕਸਦ ਹੈ, ਜੋ ਸਾਡਾ ਇਹ ਜੀਵਨ ਦਾ ਮਨੋਰਥ ਹੈ, ਉਹ ਇੱਕੋ ਹੀ ਹੈ, ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ। ਇਹ ਜੋ ਆਪਾਂ ਨੂੰ ਮਾਨਸ ਜਾਮਾ ਮਿਲੇ ਹੀ ਇਸ ਵਾਸਤੇ ਹੈ। ਇਹਦੇ ਵਿੱਚ ਹੁਣ ਆਪਾਂ ਭਗਤੀ ਕਰਕੇ ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰ ਸਕਦੇ ਹਾਂ, ਅਤੇ ਜੋ ਅਸੀਂ ਵਾਰ ਵਾਰ ਜੂਨਾਂ ਦੇ ਵਿੱਚ ਆ ਜਾ ਰਹੇ ਹਾਂ, ਫਿਰ ਇਹ ਸਾਡਾ ਆਵਾਗਮਨ ਦਾ ਚੱਕਰ ਹੈ ਜਿਹੜਾ ਖਤਮ ਹੋਣਾ। ਜਦ ਤੱਕ ਹੁਣ ਆਪਣਾ ਮਨ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਕਰਦਾ ਹੈ, ਉਹਨਾਂ ਸਮਾਂ ਦੁਬਾਰਾ ਫਿਰ ਸਾਨੂੰ ਵਾਪਸ ਆਉਣਾ ਹੀ ਪਏਗਾ। ਇਸ ਕਰਕੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਹੁਣ ਵਾਰ ਵਾਰ ਸਮਝਾਉਂਦੇ ਨੇ ਵੀ ਹੁਣ ਸਾਨੂੰ ਇਹ ਵਾਰੀ ਹੈ, ਮੌਕਾ ਮਿਲਿਆ ਮਾਨਸ ਜਾਮਾ। ਕਾਹਦੇ ਵਾਸਤੇ ਮਿਲਿਆ ਮਹਾਰਾਜ? ਕਹਿੰਦੇ ਗੋਬਿੰਦ ਵਾਹਿਗੁਰੂ ਦੇ ਨਾਲ ਮਿਲਾਪ ਕਰਨ ਵਾਸਤੇ। ਫਰਮਾਉਂਦੇ ਨੇ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਜਦੋਂ ਅਸੀਂ ਅਵਰ ਕਾਜ ਕਰਦੇ ਹਾਂ, ਕਹਿੰਦੇ ਹਾਂ ਵੀ ਸੰਗਤ ਵਾਸਤੇ ਸਾਡੇ ਕੋਲ ਟਾਈਮ ਨਹੀਂ ਹੈ, ਸਿਮਰਨ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈ, ਉਦੋਂ ਕਹਿੰਦੇ ਵੀ ਤੁਸੀਂ ਅਵਰ ਕਾਜ ਕਰਦੇ ਹੋ, ਤੁਹਾਡੇ ਕਿਸੇ ਕੰਮ ਨਹੀਂ ਹੈ। ਜਿਨ੍ਹਾਂ ਨੂੰ ਤੁਸੀਂ ਕਰ ਰਹੇ ਹੋ ਸਿਮਰਨ ਨੂੰ ਛੱਡ ਕੇ, ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਅੱਗੇ ਜਾ ਕੇ। ਇਹਨਾਂ ਦੇ ਵਿੱਚੋਂ ਤੁਹਾਨੂੰ ਦੁੱਖ ਤਾਂ ਪੈਦਾ ਹੋਏਗਾ, ਤੁਸੀਂ ਸੁੱਖ ਨਹੀਂ ਮਹਿਸੂਸ ਕਰੋਗੇ, ਤੁਹਾਡਾ ਮਨ ਨਹੀਂ ਸੁਖੀ ਹੋ ਸਕਦਾ। ਇਸ ਲਈ ਫਿਰ ਕਹਿੰਦੇ ਵੀ ਤੁਸੀਂ ਸਤ ਸੰਗਤ ਦੇ ਵਿੱਚ ਜਾਓ ਅਤੇ ਜਾ ਕੇ ਨਾਮ ਦਾ ਭੇਤ ਲਵੋ, ਸਿਮਰਨ ਕਰੋ, ਫਿਰ ਸਾਡੇ ਮਨ ਨੂੰ ਸੁੱਖ ਸ਼ਾਂਤੀ ਆਉਣੀ ਹੈ, ਅਤੇ ਫਿਰ ਸਾਡੇ ਜੀਵਨ ਦਾ ਜਿਹੜਾ ਮਕਸਦ ਹੈ ਉਹ ਸਾਨੂੰ ਪਤਾ ਲੱਗਣਾ। ਇਸ ਵਾਸਤੇ ਹੁਣ ਜਿਹੜੇ ਜੀਵ ਸੰਗਤ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਮਹਾਰਾਜ ਬਹੁਤ ਲਾਹਣਤਾਂ ਪਾਉਂਦੇ ਨੇ। ਕਹਿੰਦੇ ਵੀ ਤੁਹਾਡਾ ਇਹੋ ਜਿਹਾ ਜੀਵਨ ਜਿਹੜਾ ਧ੍ਰਿਗ ਹੈ, ਧ੍ਰਿਗ ਉਸ ਸਮੇਂ ਦੇ ਵਿੱਚ ਬਹੁਤ ਵੱਡੀ ਗਾਲ ਹੁੰਦੀ ਸੀ, ਲਾਹਣਤ ਵੀ ਸਭ ਤੋਂ ਵੱਡੀ ਲਾਹਣਤ। ਇਸ ਲਈ ਮਹਾਰਾਜ ਸੱਜੇ ਪਾਤਸ਼ਾਹ ਰੋਜ਼ ਸਮਝਾਉਂਦੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਵੇ ਧ੍ਰਿਗ ਜੀਵੇ ਧ੍ਰਿਗ ਜੀਵਾਸ। ਮਹਾਰਾਜ ਕਹਿੰਦੇ ਜਿਹੜੇ ਜੀਵ ਸੰਗਤ ਦੇ ਵਿੱਚ ਨਹੀਂ ਆਉਂਦੇ, ਉਹਨਾਂ ਦਾ ਇਹੋ ਜਿਹਾ ਜਿਉਣਾ ਧ੍ਰਿਗ ਲਾਹਣਤ ਪਾਉਂਦੇ ਨੇ, ਵੀ ਜਿਨ੍ਹਾਂ ਦੀ ਖਾਤਰ ਜੀਵ ਕੁਟੰਬ ਦੀ ਖਾਤਰ ਕਰਮ ਕਰਦਾ ਹੈ, ਸਾਰਾ ਦਿਨ ਕਰਮ ਕੀਤੀ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਤੁਹਾਡਾ ਕੁਟੰਬ ਧ੍ਰਿਗ। ਜੋ ਤੁਸੀਂ ਪਹਿਨਦੇ ਹੋ ਤੁਹਾਡਾ ਪਹਿਨਣਾ ਧ੍ਰਿਗ, ਜੋ ਤੁਸੀਂ ਖਾਂਦੇ ਹੋ ਖਾਣਾ ਧ੍ਰਿਗ, ਜਦੋਂ ਤੁਸੀਂ ਸੌਂਦੇ ਹੋ ਤੁਹਾਡਾ ਸੌਣਾ ਧ੍ਰਿਗ। ਜੇ ਤੁਸੀਂ ਹੁਣ ਆਪਣੇ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਕਰਦੇ, ਇਸ ਰਸਤੇ 'ਤੇ ਨਹੀਂ ਚੱਲਦੇ, ਮਹਾਰਾਜ ਫਰਮਾਉਂਦੇ ਨੇ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉਂ ਜਿੱਤ ਹੁਣ ਖਸਮ ਨਾ ਪਾਇਆ। ਮਹਾਰਾਜ ਸਾਨੂੰ ਲਾਹਣਤਾਂ ਹੀ ਪਾਈ ਜਾਂਦੇ ਵੀ ਤੁਹਾਡਾ ਇਹੋ ਜਿਹਾ ਜੀਵਨ ਧ੍ਰਿਗ, ਜੋ ਤੁਸੀਂ ਕਰਦੇ ਹੋ ਤੁਹਾਡਾ ਕਰਨਾ ਧ੍ਰਿਗ। ਜੇ ਤੁਸੀਂ ਹੁਣ ਆਪਣਾ ਜੋ ਅਸਲੀ ਪਤੀ ਪਰਮੇਸ਼ਰ ਹੈ ਉਹਦੇ ਨਾਲ ਤੁਸੀਂ ਮਿਲਾਪ ਨਹੀਂ ਕਰਦੇ, ਉਹਦਾ ਭੇਤ ਨਹੀਂ ਲੈਂਦੇ, ਇਹ ਮਾਰਗ 'ਤੇ ਚੱਲਦੇ ਨਹੀਂ, ਗੁਰਬਾਣੀ ਗੁਰੂ ਦੇ ਦੱਸੇ ਦੇ ਤਾਂ
ਸੋ ਇਸ ਵਾਸਤੇ ਫਿਰ ਕਹਿੰਦੇ ਨੇ ਵੀ ਜਿਹੜਾ ਤਾਂ ਸੰਸਾਰ ਦਾ ਜਿਉਣਾ ਹੈ, ਸੰਸਾਰ ਦੇ ਪਿੱਛੇ ਲੱਗ ਕੇ ਮਾਰੇ, ਕਹਿੰਦੇ ਉਹ ਜੀਵਨ ਧਰੇਕੇ ਤੇ ਤੁਸੀਂ ਜੇ ਆਪਦੇ ਜੀਵਨ ਦਾ ਲਾਹਾ ਖੱਟਣਾ ਹੈ ਫਿਰ ਉਹਨਾਂ ਗੁਰਮੁਖਾਂ ਦਾ ਸੰਗ ਕਰੋ ਜਿਨ੍ਹਾਂ ਦਾ ਪਰਮਾਤਮਾ ਨਿਰੰਕਾਰ ਦੇ ਨਾਲ ਪ੍ਰੇਮ ਹੈ, ਜਿਨ੍ਹਾਂ ਨੇ ਮਾਲਕ ਦੇ ਨਾਲ ਮਿਲਾਪ ਕਰ ਲਿਆ, ਮਾਲਕ ਦੇ ਸਨਮੁੱਖ ਹੋ ਕੇ ਮਾਲਕ ਦੇ ਨਾਲ ਪ੍ਰੇਮ ਪਾ ਲਿਆ, ਵੀ ਤੁਸੀਂ ਉਹਨਾਂ ਦਾ ਸੰਗ ਕਰੋ, ਉਹਨਾਂ ਦਾ ਸੰਗ ਕਰੋਗੇ ਤੇ ਤੁਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਓਗੇ। ਇਸ ਲਈ ਮਹਾਰਾਜ ਕਹਿੰਦੇ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਏ, ਧਰੈਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਮਹਾਰਾਜ ਕਹਿੰਦੇ ਸੰਸਾਰ ਦਾ ਜਿਉਣਾ ਤਾਂ ਧਰੈਗ ਹੈ, ਦੁਨਿਆਵੀ ਪਦਾਰਥਾਂ ਦੀ ਖਾਤਰ ਮਾਇਆ ਦੀ ਖਾਤਰ ਜਿਉਣਾ ਧਰੈਗ, ਇਸ ਕਰਕੇ ਆਪਾਂ ਨੂੰ ਕਹਿੰਦੇ ਵੀ ਤੁਸੀਂ